प्रॉब्लम तो सर बहुत लंबे टाइम तो सी जानी थी, पहला तो सानू खुद नू समझ नहीं आया, जानी 4 साल तो पता लग गया सी भी संग्रहणी आ जी। ते बहुत दवाइयां खादियां, लुधियाने भी ट्रीटमेंट कराया, बठिंडे भी कराया, अपने बरनाले चो भी कई डॉक्टर्स नाल भी संपर्क किया, ट्रीटमेंट किया, पर नहीं सर आराम नहीं मिल रहा सीगा। डॉक्टर्स कोलो कहिंदे सीगे भी ऑपरेशन करके भी असीं अंतड़ी कढ दिंदे आ, ਵੀ ਗਰੰਟੀ ਦਵੋਂਗੇ ਤਾਂ ਵੀ ਅਸੀਂ ਕਰਾ ਲਾਂਗੇ, ਉਹ ਕਹਿੰਦੇ ਵੀ ਗਰੰਟੀ ਕੋਈ ਨਹੀਂ ਹੈਗੀ ਜੀ। ਫਿਰ ਉਸ ਕਰਕੇ ਸਰ ਅਸੀਂ ਦੁਬਾਰਾ ਗਏ ਨਹੀਂ ਉਸ ਡਾਕਟਰਸ ਕੋਲ, ਚੱਕਰਾਂ ਜਿਹਾਂ 'ਚ ਪਏ ਰਹੇ। ਫਿਰ ਡਾਕਟਰ ਕੈਂਥ ਦੀ ਦੇਖੀ ਸੀ ਤੁਹਾਡੀ ਸਰ ਵੀਡੀਓ ਆਪਣਾ ਯੂਟਿਊਬ 'ਤੇ ਜੀ, ਵੀਡੀਓ ਦੇਖ ਕੇ ਥੋੜ੍ਹੇ ਜਿਹੇ ਰੂਲ ਫੋਲੋ ਕਰਨੇ ਸ਼ੁਰੂ ਕਰਤੇ ਸੀਗੇ, ਆਪ ਨੂੰ ਥੋੜ੍ਹਾ ਜਿਹਾ ਬੈਨੀਫਿਟ ਲੱਗਿਆ, ਫਿਰ ਅਸੀਂ ਤੁਹਾਡੇ ਕੋਲ ਪਹੁੰਚ ਗਏ ਸਰ ਜੀ। ਹੋਈ ਨਹੀਂ ਸੀ ਸਰ, ਥੋੜ੍ਹਾ ਜਿਹਾ ਵੀ ਕੁਛ ਖਾਂਦੀ ਪੀਂਦੀ ਸੀ ਜਾਂ ਝੁੱਕ ਕੇ ਜਾਂ ਐਵੇਂ ਉੱਪਰੋਂ ਕੋਈ ਚੀਜ਼ ਚੱਕਣੀ, ਜਦ ਹੀ ਪੇਟ ਨੂੰ ਖਿੱਚ ਪੈ ਕੇ ਕੀੜਾ ਸ਼ੁਰੂ ਹੋ ਜਾਂਦਾ ਸੀਗਾ ਤੇ ਇੱਕਦਮ ਫਿਰ ਟਾਇਲਟ ਜਾਣਾ ਪੈਂਦਾ ਸੀਗਾ। ਟਾਇਲਟ ਵਿੱਚ ਬਲੱਡ ਕਿੰਨਾ ਕਰਦਾ ਸੀ ਤੁਹਾਡਾ? ਬਲੱਡ ਕਦੇ ਤਾਂ ਸਰ ਨਿਹਰਾ ਬਲੱਡ ਹੀ ਆਉਂਦਾ ਸੀ। ਨਿਹਰਾ ਬਲੱਡ? ਹਾਂਜੀ। ਤੇ ਕਿੰਨੇ ਵਾਰ ਦਿਨ ਚ ਬਲੱਡ ਆ ਜਾਂਦਾ ਸੀ ਤੁਹਾਨੂੰ? 4-5 ਵਾਰ ਤਾਂ ਬਲੱਡ ਆ ਹੀ ਜਾਂਦਾ ਸੀਗਾ ਵੀ ਬਿਨਾ ਟਾਇਲਟ ਤੋਂ ਵੀ ਜਿਵੇਂ ਜਾਈਦਾ ਸੀਗਾ ਇਕੱਲਾ ਬਲੱਡ ਹੀ ਆਉਂਦਾ ਸੀਗਾ ਜੀ। ਤੇ ਬੀਪੀ ਵਗੈਰਾ ਕਿੰਨਾ ਕਰਦਾ ਸੀ ਤੁਹਾਡੀ? खुद नू महसूस हो रहा भी मेनू एनर्जी जी हैगी आ जी। ਕੰਮ ਕਰ ਰਹੇ ਹੋ ਕੁਝ? ਹਾਂਜੀ ਕੰਮ ਕਰ ਰਹੀ ਹਾਂ। ਹੁਣ ਇਸ ਟਾਈਮ ਜਿਹੜੀ ਤੁਹਾਡੀ ਟਾਇਲਟ ਹੈ ਉਹ ਬਣ ਕੇ ਆ ਰਹੀ ਹੈ ਜਿੱਦਾਂ ਲਿਕੁਇਡ ਆਉਂਦੀ ਸੀ ਪਹਿਲਾਂ ਤੁਹਾਨੂੰ? ਹਾਂਜੀ ਲੱਗਦਾ। ਹਾਂਜੀ ਬਣ ਕੇ ਆ ਰਹੀ ਹੈ ਸਰ, ਆਪਣੇ ਆਪ ਮਹਿਸੂਸ ਹੁੰਦਾ ਵੀ ਮੇਰਾ ਖਾਧਾ ਪੀਤਾ ਹਾਜ਼ਮ ਹੋ ਰਿਹਾ, ਪਹਿਲਾਂ ਤਾਂ ਉਵੇਂ ਹੀ ਹੋ ਜਾਂਦਾ ਸੀ। ਮਨ ਕਰ ਰਿਹਾ ਹੁਣ ਖਾਣ ਪੀਣ ਦੀ ਜਿਵੇਂ? ਹਾਂਜੀ ਪਹਿਲਾਂ ਸਰ 3 ਸਾਲ ਤਾਂ ਲਗਾਤਾਰ ਬਲੱਡ ਨਹੀਂ ਬਣਦਾ ਸੀਗਾ, ਵੀ 2-2 ਯੂਨਿਟ ਬਲੱਡ ਵੀ ਚੜਦਾ ਰਿਹਾ। ਓਕੇ ਲਗਾਤਾਰ ਜੀ। ਹੁਣ ਬਲੱਡ ਜਿਹੜਾ ਹੈਗਾ ਤੁਹਾਡਾ ਆਟੋਮੈਟਿਕਲੀ ਇਨਕਰੀਜ਼ ਹੋ ਜਾਂਦਾ ਹੈ, ਤੁਹਾਡੀ ਬੋਡੀ ਫਿੱਟ ਹੋਣੀ ਸ਼ੁਰੂ ਹੋ ਗਈ। ਹਾਂਜੀ ਹਾਂਜੀ ਠੀਕ ਹੈ। ਮਨ ਨੂੰ ਹੌਸਲਾ ਤੁਹਾਡਾ ਕਿੰਨਾ? ਹਾਂਜੀ ਬਹੁਤ ਜ਼ਿਆਦਾ ਜੀ। ਚਲੋ ਕਿੱਥੇ ਦਾ ਸਰ ਆਪਣੇ ਆਪ ਤੇ ਖਹਿ ਜਾਂਦੀ ਸੀਗੀ ਵੀ ਇਹ ਕੋਈ ਜ਼ਿੰਦਗੀ ਆ ਜੀ, ਹੁਣ ਸਰ ਵਧੀਆ ਲੱਗ ਰਿਹਾ, ਕੰਫੀਡੈਂਸ ਲੱਗ ਰਿਹਾ ਵੀ ਮਤਲਬ ਜ਼ਿੰਦਗੀ ਜਿਉਣ ਲਈ ਕੁਝ ਮਜ਼ਾ ਆ ਰਿਹਾ। ਹਾਂਜੀ ਜੀ। ਤੇ ਕੋਈ ਪੇਟ ਦਰਦ ਜਾਂ ਕੁਝ? ਨਹੀਂ ਸਰ ਕੋਈ ਪ੍ਰੋਬਲਮ ਨਹੀਂ ਹੁਣ ਤਾਂ, ਪਹਿਲਾਂ ਹੁੰਦੀ ਰਹਿੰਦੀ ਸੀਗੀ, ਉੱਠ ਕੇ ਤੁਰੀਆਂ ਜਾਂ ਇੱਕਦਮ ਬੈਠਿਆ ਜਾਂ ਬੱਚਿਆਂ ਨੇ ਮੰਜਾ ਹਿਲਾਤਾ ਤੇ ਉਹਦੇ ਨਾਲ ਵੀ ਜਾਣੀ ਤੀ ਪੇਨ ਹੋਣ ਲੱਗ ਜਾਂਦਾ ਸੀ ਪੇਟ 'ਚ। ਓਕੇ ਓਕੇ। ਪਰ ਹੁਣ ਸਰ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਜੀ।